ਉਹ ਜਦੋਂ ਵੀ ਮਿਲਦਾ ਹੈ ਖੁਸ਼ਬੂ ਪਹਿਨ ਕੇ ਮਿਲਦਾ ਹੈ ਅਤੇ ਜਦੋਂ ਵਿਦਾ ਹੁੰਦਾ ਹੈ ਤਾਂ ਸਾਡੇ ਮਨ ਵਿੱਚ ਬਹੁਤ ਸਾਰੇ ਨਿਸ਼ਾਨ ਛੱਡ ਜਾਂਦਾ ਹੈ। ਉਹ ਨਿਸ਼ਾਨ ਜਿਨ੍ਹਾਂ ਨੇ ਕਦੇ ਵੀ ਨਹੀਂ ਮਿਟਣਾ, ਉਹ ਨਿਸ਼ਾਨ ਜਿਨ੍ਹਾਂ ਨੇ ਸਾਡਾ ਰਿਸ਼ਤਾ ਇੱਕ ਦੂਜੇ ਨਾਲ ਹੋਰ ਪੀੜਾ ਕਰ ਦੇਣਾ, ਅਤੇ ਉਹ ਨਿਸ਼ਾਨ ਛੱਡਣ ਵਾਲੀ ਸ਼ਖਸੀਅਤ ਦਾ ਨਾਮ ਜਸਵੀਰ ਭੁੱਲਰ। ਜਸਵੀਰ ਭੁੱਲਰ ਪੰਜਾਬੀ ਸਾਹਿਤ ਦੇ ਕਿਸੇ ਵੀ ਲੇਖਕ ਦੇ ਓਡੇ ਵੱਡੇ ਹਾਣ ਦਾ ਕੱਦ ਲੈ ਕੇ ਪੰਜਾਬੀ ਸਾਹਿਤ ਦੀ ਦੁਨੀਆ ਦੇ ਵਿੱਚ ਆਪਣੀ ਪਛਾਣ ਬਣਾ ਚੁੱਕਿਆ, ਆਪਣੇ ਆਪ ਨੂੰ ਸਥਾਪਿਤ ਕਰ ਚੁੱਕਿਆ, ਅਤੇ ਇੰਨਾ ਕੁ ਲੰਮਾ ਕੰਮ ਉਹਨਾਂ ਨੇ ਕੀਤਾ ਕਿ ਜੇ ਉਹਦੀ ਲਿਸਟ ਗਿਣਨੀ ਪਵੇ, ਉਹਨਾਂ ਦੇ ਨਾਮ ਲੈਣੇ ਪੈਣ, ਤਾਂ ਮੇਰੇ ਖਿਆਲ ਦੇ ਵਿੱਚ ਅਸੀਂ ਉਹਨਾਂ ਦੇ ਕਿਤਾਬਾਂ ਦੇ ਨਾਵਾਂ ਦੇ ਵਿੱਚੋਂ ਬਹੁਤ ਕੁਛ ਸਹਿਜੇ ਹੀ ਤਸਵੀਰਾਂ ਵਰਗਾ ਆਪਣੇ ਅੰਦਰ ਉਤਾਰ ਲੈਂਦੇ ਹਾਂ। ਪਰ ਫਿਰ ਵੀ ਜਸਵੀਰ ਭੁੱਲਰ ਦੀਆਂ ਕਹਾਣੀਆਂ ਦੀਆਂ ਕਿਤਾਬਾਂ ਸੁੱਕੀ ਨਦੀ ਦੇ ਤੈਰਾਕ, ਪੌਦਿਆਂ ਵਾਂਗ ਉੱਗੇ ਜਿਸਮ, ਪਨਾਹਗੀਰ, ਅਲੀ ਬਾਬਾ ਅਤੇ ਪਾਗਲ ਹਵਾ, ਸਮੁੰਦਰ ਵੱਲ ਖੁੱਲ੍ਹੀ ਖਿੜਕੀ, ਉਹਨਾਂ ਦੇ ਨਾਵਲ ਜਿਹੜੇ ਕਿ ਮੈਂ ਸਾਰੇ ਦੇ ਸਾਰੇ ਪੜ੍ਹਨ ਦਾ ਮੈਨੂੰ ਨਸੀਬ ਪ੍ਰਾਪਤ ਹੋਇਆ, ਜ਼ਰੀਨਾ, ਚਾਬੀ ਵਾਲੇ ਖਿਡੌਣੇ, ਨੰਗੇ ਪਹਾੜ ਦੀ ਮੌਤ, ਚਿੱਟੀ ਗੁਫਾ ਦੇ ਮੌਲਸਰੀ, ਮਹੂਰਤ, ਦੋਜ਼ਖੀਏ, ਰੇਤ ਵਿੱਚ ਡੁੱਬੀਆਂ ਨਦੀਆਂ, ਇਹਨਾਂ ਸਾਰਿਆਂ ਨਾਵਲਾਂ ਦੇ ਵਿੱਚੋਂ ਮੈਂ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਕਿਰਦਾਰਾਂ ਦੇ ਨਾਲ ਸਿਨੇਮਾ ਤੁਰਦਾ ਹੋਇਆ ਮੈਨੂੰ ਨਜ਼ਰ ਆਇਆ ਹੈ। ਉਹ ਕਿਰਦਾਰ ਮੈਨੂੰ ਜਿਉਂਦੇ ਜਾਗਦੇ ਮੇਰੇ ਆਲੇ ਦੁਆਲੇ ਵਿਚਰਦੇ ਮੈਂ ਮਹਿਸੂਸ ਕੀਤੇ ਨੇ। ਮੈਂ ਇਹਨਾਂ ਦੇ ਨਾਵਲਾਂ ਥਾਈਂ ਉਹਨਾਂ ਦੀਆਂ ਸਾਰੀਆਂ ਜ਼ਮੀਨਾਂ ਦੇ ਉੱਪਰ ਮੈਂ ਖੁਦ ਤੁਰ ਫਿਰ ਕੇ ਘੁੰਮਿਆ ਹਾਂ, ਦੇਖਿਆ ਹੈ ਕਿ ਉਹ ਜਦੋਂ ਆਪਣੇ ਪਾਤਰਾਂ ਨੂੰ ਆਪਣੀਆਂ ਪਨਾਹਗਾਹ ਦੇ ਵਿੱਚ ਲੈ ਕੇ ਆਉਂਦੇ ਨੇ, ਆਪਣੀ ਪਨਾਹਗਾਹ ਤੋਂ ਬਾਹਰ ਘੁੰਮਣ ਲਈ ਲੈ ਕੇ ਜਾਂਦੇ ਨੇ, ਤਾਂ ਸਾਰਾ ਆਲਾ ਦੁਆਲਾ ਸਾਡੇ ਨੇੜੇ ਨੇੜੇ ਸਾਨੂੰ ਮਹਿਸੂਸ ਹੁੰਦਾ, ਸਾਨੂੰ ਲੱਗਦਾ ਕਿ ਅਸੀਂ ਕਿਸੇ ਬਹੁਤ ਵੱਡੀ ਮਿਲਟਰੀ ਛਾਉਣੀ ਦੇ ਵਿੱਚ, ਫੌਜੀਆਂ ਦੇ ਘਰਾਂ ਦੇ ਵਿੱਚ, ਉਹਨਾਂ ਦੇ ਆਲੇ ਦੁਆਲੇ ਵਿਚਰ ਰਹੇ ਹੁੰਦੇ ਹਾਂ। ਅਤੇ ਅੱਜ ਜਸਵੀਰ ਭੁੱਲਰ ਪੰਜਾਬੀ ਸਾਹਿਤ ਅਕਾਦਮੀ ਅਤੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਦੇ ਸੱਦੇ ਦੇ ਉੱਪਰ ਸਾਡੇ ਸਾਹਮਣੇ ਪੇਸ਼ ਨੇ, ਹਾਜ਼ਰ ਨੇ। ਅੱਜ ਉਹਨਾਂ ਦੇ ਨਾਲ ਅਸੀਂ ਖੁੱਲ੍ਹ ਕੇ ਗੱਲਾਂ ਕਰਾਂਗੇ, ਨਿੱਠ ਕੇ ਗੱਲਾਂ ਕਰਾਂਗੇ, ਅਤੇ ਸ਼ੁਰੂਆਤ ਕਰਦਿਆਂ ਉਹਨਾਂ ਦੀ ਇੱਕ ਖੂਬਸੂਰਤ ਕਵਿਤਾ ਤੋਂ, ਜਸਵੀਰ ਭੁੱਲਰ। ਸ਼ੁਕਰੀਆ ਦਰਵੇਸ਼ ਜੀ। ਅਦਬ ਵਾਲੇ ਦੋਸਤੋ, ਚਿਰ ਹੋਇਆ ਮੈਨੂੰ ਇੱਕ ਕਿਤਾਬ ਲੱਭੀ, ਰਾਈਟਰਸ ਨੋਟਬੁੱਕ, ਸਮਰਸੈਟ ਮਾਮ ਦੀ ਕਿਤਾਬ ਸੀ ਉਹ। ਉਹਦੀ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਸਮਰਸੈਟ ਮਾਮ ਕਹਿੰਦਾ ਕਿ ਮੈਂ ਬੈਠਾ ਹੋਇਆ ਸੀ, ਇੱਕ ਔਰਤ ਆਪਣੇ ਬੇਟੇ ਨੂੰ ਨਾਲ ਲੈ ਕੇ ਆਈ। ਉਹ ਔਰਤ ਨੇ ਸਮਰਸੈਟ ਮਾਮ ਨੂੰ ਆਖਿਆ ਕਿ ਮੈਂ ਆਪਣੇ ਬੇਟੇ ਨੂੰ ਲੇਖਕ ਬਣਾਉਣਾ ਚਾਹੁੰਦੀ ਹਾਂ, ਤੁਸੀਂ ਦੱਸੋ ਉਹ ਕੀ ਕਰੇ। ਮਾਮ ਕਹਿੰਦਾ ਵੀ ਮੈਂ ਖਿਜਿਆ ਹੋਇਆ ਬੈਠਾ ਸੀਗਾ, ਮੈਂ ਆਖਿਆ ਵੀ ਇਹਨੂੰ 100-200 ਰੁਪਇਆ ਦੇ ਅਤੇ ਇਹਨੂੰ ਕਹੋ ਵੀ ਤੂੰ ਲੇਖਕ ਬਣਨਾ ਚਾਹੁੰਦਾ ਹੈ ਨਾ, ਮੇਰੇ ਵੱਲੋਂ ਟੱਠੇ ਖੂਹ 'ਚ ਪੈ। ਉਹ ਔਰਤ ਗੁੱਸੇ ਹੋ ਕੇ ਚਲੇ ਗਈ। ਬਾਅਦ ਵਿੱਚ ਸਮਰਸੈਟ ਮਾਮ ਨੇ ਸੋਚਿਆ, ਉਹ ਕਹਿੰਦਾ ਮੈਂ ਤੁਹਾਨੂੰ ਬਹੁਤ ਸੋਹਣੀ ਸਲਾਹ ਦਿੱਤੀ ਆ, ਵੀ ਉਹਨੂੰ ਇੰਨੇ ਪੈਸੇ ਨਹੀਂ ਦਿੱਤੇ ਦੱਸੇ ਜਿਹਦੇ ਨਾਲ ਉਹ ਅਯਾਸ਼ੀ ਕਰੇ, ਅਤੇ ਜ਼ਿੰਦਗੀ ਦੇ ਟੱਠੇ ਖੂਹ ਵਿੱਚ ਪੈਣਾ ਦਾ ਮਤਲਬ ਇਹ ਆ ਵੀ
ਉਹ ਤੁਹਾਡਾ ਉੱਥੇ ਰਿਚ ਮਟੀਰੀਅਲ ਆ ਲਿਖਣ ਵਾਸਤੇ, ਔਰ ਇੱਕ ਲੇਖਕ ਲਈ ਟੱਠੇ ਖੂਹ ਵਿੱਚ ਪੈਣਾ ਬੜਾ ਜ਼ਰੂਰੀ ਹੈ। ਮੈਂ ਜ਼ਿੰਦਗੀ ਦੇ ਟੱਠੇ ਖੂਹ ਵਿੱਚ ਪਿਆ ਰਿਹਾ। ਮੈਂ ਬਰੀਫ ਵਿੱਚ ਕੋਸ਼ਿਸ਼ ਕਰੂੰਗਾ ਖਸ਼ੀਦ ਕਰਕੇ, ਥੋੜ੍ਹੇ ਟਾਈਮ ਦੇ ਵਿੱਚ ਜ਼ਿਆਦਾ ਗੱਲਾਂ ਹੋ ਜਾਣ। ਸਾਡੇ ਵੱਡ ਵਡੇਰੇ ਮਾਲਵੇ ਤੋਂ ਕਿਤੋਂ ਆਏ ਸੀਗੇ, ਤਿੰਨ ਭਰਾ ਸੀ, ਉਹਨਾਂ ਤਿੰਨਾਂ ਨੇ, ਤਿੰਨ ਪੱਤੀਆਂ ਨੇ, ਸਾਡੇ ਵਾਲੇ ਪਾਸੇ ਮੁਹੱਲੇ ਨੂੰ ਪੱਤੀ ਕਹਿ ਦਿੰਦੇ, ਗਲੀ ਨੂੰ ਪੱਤੀ ਕਹਿ ਦਿੰਦੇ ਆ, ਉਹਨਾਂ ਦੇ ਨਾਂ 'ਤੇ। ਇੱਕ ਵਾਰੀ ਮੈਂ ਅਸੀਂ ਤਰਨ ਤਾਰਨ ਰਹਿਣ ਲੱਗ ਪਏ ਸੀਗੇ ਅਤੇ ਮੈਂ ਪਿੰਡ ਗਿਆ ਅਤੇ ਇੱਕ ਬੁੱਢੀ ਮਾਈ ਮੈਨੂੰ ਮਿਲੀ, ਉਹ ਕਹਿੰਦੀ ਪੁੱਤ ਤੂੰ ਕਿੰਨਾ ਵਿੱਚੋਂ ਆ? ਮੈਂ ਕਿਹਾ ਜੀ ਮੈਂ ਫਲਾਣੇ ਦਾ ਮੁੰਡਾ। ਉਹਨੇ ਮੇਰਾ ਸਿਰ ਪੜੋਸਿਆ, ਉਹ ਕਹਿੰਦੀ ਪੁੱਤ ਤੁਸੀਂ ਤਾਂ ਪਿੰਡ ਦੀ ਤੀਜੀ ਢੇਰੀ ਦੇ ਮਾਲਕਾਂ ਵਿੱਚੋਂ ਜੇ, ਅਤੇ ਤੈਨੂੰ ਤਾਂ ਪਿੰਡ ਆਉਣਾ ਚਾਹੀਦਾ। ਉਹ ਹੁਣ ਮਾਤਾ ਨੂੰ ਕੀ ਦੱਸਾਂ ਮੈਂ ਵੀ ਤੀਜੀ ਢੇਰੀ ਜਿਹੜੀ ਆ ਉਹ ਸੁੰਗੜ ਸੁੰਗੜ ਕੇ, ਉਹ ਜਿਹੜੀ ਏਕੜਾਂ ਵਿੱਚ ਜ਼ਮੀਨ ਸੀਗੀ ਉਹ ਵਿਘਿਆਂ 'ਚ ਰਹਿ ਗਈ ਆ, ਅਤੇ ਉਸ ਕਰਕੇ ਪਿੰਡ ਛੱਡਣਾ ਬੜਾ ਜ਼ਰੂਰੀ ਸੀਗਾ। ਇਹ ਮੇਰਾ ਯਕੀਨ ਬਣਿਆ ਹੋਇਆ ਹੈ ਕਿ ਸਿਰਜਣਾ ਦੇ ਬੀਜ ਬਚਪਨ 'ਚ ਹੁੰਦੇ ਆ, ਉਹਦੇ ਤੁਹਾਨੂੰ ਦਿਸਣ ਲੱਗ ਪੈਂਦੇ ਆ। ਆਪਾਂ ਕੰਧਾਂ ਦੇ ਲੱਤ ਦੇ ਖਲੇਪੜਾਂ 'ਚੋਂ ਚਿਹਰੇ ਦੇਖਦੇ ਹਾਂ, ਉਹ ਸਿਰਜਣਾ ਦੇ ਬੀਜ ਨੇ, ਉਹ ਚਿਹਰੇ ਹਰ ਇੱਕ ਨੂੰ ਨਹੀਂ ਦੱਸਦੇ। ਉਹ ਮੈਂ 4 ਸਾਲ ਦਾ ਸੀ ਉਦੋਂ, ਮੇਰੇ ਬਾਪੂ ਜੀ ਖੇਤ 'ਚੋਂ ਕੰਮ ਕਰਕੇ ਆਏ ਜਾਂ ਬਾਹਰੋਂ ਕਿਤੋਂ ਆਏ ਥੱਕੇ ਟੁੱਟੇ, ਉਹ ਜਿਵੇਂ ਪੁਰਾਣੇ ਬਜ਼ੁਰਗ ਕਰਦੇ ਸੀ, ਉਹਨਾਂ ਕਮੀਜ਼ ਲਾਹ ਕੇ ਕਿੱਲੀ 'ਤੇ ਟੰਗ ਦਿੱਤਾ, ਮੰਜੇ 'ਤੇ ਲੇਟ ਗਏ। ਮੈਂ ਨਿੱਕਾ ਨਿਆਣਾ 3 ਸਾਲ ਦਾ ਸੀ ਜਾਂ 4 ਸਾਲ ਦਾ, ਮੈਂ ਉਹਨਾਂ ਦੇ ਢਿੱਡ 'ਤੇ ਚੜ੍ਹ ਕੇ ਖੇਡਣ ਲੱਗ ਪਿਆ। ਮੈਂ ਉਂਗਲੀ ਨਾਲ ਉਹਨਾਂ ਦੇ ਧੁੰਨੀ 'ਚੋਂ ਰੂੰ ਕੱਢਦਾ ਸੀ ਅਤੇ ਫਿਰ ਉਸ ਰੂੰ ਨਾਲ ਰਜਾਈ ਬਣਾਉਣ ਦੀ ਕਲਪਨਾ ਕਰਦਾ ਸੀ। ਉਹ ਹੁਣ ਮੈਂ ਸੋਚਦਾ ਵੀ ਜਿਹਦੇ ਕੋਲ ਇਸ ਕਿਸਮ ਦੀ ਕਲਪਨਾ ਹੋਵੇ ਉਹ ਲੇਖਕ ਫਿਰ ਕਿਉਂ ਨਾ ਬਣੇ ਜਾਂ ਸਿਰਜਕ ਕਿਉਂ ਨਾ ਬਣੇ। ਇਹ ਖਿੰਡੇ ਹੋਏ ਬੀਜ ਨੇ ਜਿਹੜੇ ਮੈਂ ਉਹ ਖਲਾਰਾ ਬੂਟਾ ਨਹੀਂ ਪਾਉਣਾ ਚਾਹੁੰਦਾ। ਮੈਂ ਬਾਅਦ ਵਿੱਚ ਆਪਾਂ ਕੁਐਸਚਨ ਆਨਸਰ ਵਿੱਚ ਮੈਂ ਕਵਿਤਾ 1 ਦੀ 'ਤੇ ਆ ਜਾਂਦਾ। ਕਈ ਵਾਰੀ ਬੜੀਆਂ ਹੌਲੀਆਂ ਜਿਹੀਆਂ ਜਾਂ ਹੱਸਣ ਖੇਡਣ ਵਾਲੀਆਂ ਗੱਲਾਂ ਹੁੰਦੀਆਂ। ਅੰਮ੍ਰਿਤਸਰ ਅਸੀਂ ਇਕੱਠੇ ਹੁੰਦੇ ਸੀਗੇ, ਹੌਲਗੇਟ ਦੇ ਲਾਗੇ ਕਿਤਾਬਾਂ ਦੀਆਂ ਦੁਕਾਨਾਂ ਸੀ, ਮੈਗਜ਼ੀਨ ਲੱਭਦੇ ਸੀਗੇ, ਅੱਜ ਕੱਲ੍ਹ ਉਹ ਦੁਕਾਨਾਂ ਉੱਠ ਗਈਆਂ, ਉੱਥੇ ਰਾਈਟਰਸ ਮਿਲ ਪੈਂਦੇ ਸੀ। ਉਹ ਸ਼ਹਿਰਯਾਰ ਕਹਿੰਦਾ ਹੈ, ਦੋਸਤ ਹੈ ਮੇਰਾ, ਉਹ ਕਹਿੰਦਾ ਵੀ ਅਸੀਂ ਸੋਹਣੀਆਂ ਕੁੜੀਆਂ ਜਿਹੜੀਆਂ ਉਹ ਬਾਜ਼ਾਰਾਂ 'ਚ ਦੇਖਦੇ ਹਾਂ, ਉਹ ਸਾਡੇ ਘਰਾਂ 'ਚ ਕਿਉਂ ਨਹੀਂ ਹੁੰਦੀਆਂ? ਨਾ ਤਾਂ ਸਾਡੀਆਂ ਦੋਸਤ ਹੁੰਦੀਆਂ, ਨਾ ਉਹਨਾਂ 'ਚ ਕੋਈ ਸਾਡੀ ਪ੍ਰੇਮਿਕਾ ਹੁੰਦੀ ਆ, ਨਾ ਸਾਡੀਆਂ ਬੀਵੀਆਂ ਹੁੰਦੀਆਂ ਨੇ, ਉਹ ਕਿੱਥੋਂ ਆਉਂਦੀਆਂ ਅਤੇ ਕਿੱਥੇ ਜਾਂਦੀਆਂ? ਉਹ ਮੈਨੂੰ ਲੱਗਾ ਉਹਦੀ ਗੱਲ ਬੜੀ ਸੱਚੀ ਸੀ, ਉਹ ਜਿਹੜਾ ਸਾਡਾ ਹਾਸਲ ਹੋ ਜਾਂਦਾ ਉਹ ਸਧਾਰਨ ਹੋ ਜਾਂਦਾ, ਅਤੇ ਉਹ ਕਿਤੇ ਉਹ ਮੇਰੇ ਜ਼ਿਹਨ ਵਿੱਚ ਸੀ ਜਦੋਂ ਆਹ ਨਜ਼ਮ ਮੈਂ ਲਿਖੀ।
ਉਹ ਜਿਹੜਾ ਵੀ ਸਾਨੂੰ ਚੰਗਾ ਲੱਗਦਾ ਉਹ ਕਿਸੇ ਹੋਰ ਘਰ ਬੈਠਾ ਹੁੰਦਾ। ਉਹਦੇ ਵਿੱਚੋਂ ਇਹ ਨਜ਼ਮ ਨਿਕਲੀ ਹੈ, ਜ਼ਿੰਦਗੀ ਤੂੰ ਜਦ ਵੀ ਮਿਲਦੀ ਹੈ ਨਹੀਂ ਮਿਲਦੀ, ਜ਼ਿੰਦਗੀ ਤੂੰ ਜਦ ਵੀ ਮਿਲਦੀ ਹੈ ਨਹੀਂ ਮਿਲਦੀ, ਇਹ ਤੇਰਾ ਕਿਸ ਤਰ੍ਹਾਂ ਦਾ ਰਿਸ਼ਤਾ। ਜ਼ਿੰਦਗੀ ਤੂੰ ਜਦ ਵੀ ਮਿਲਦੀ ਹੈ ਨਹੀਂ ਮਿਲਦੀ, ਇਹ ਤੇਰਾ ਕਿਸ ਤਰ੍ਹਾਂ ਦਾ ਰਿਸ਼ਤਾ। ਸਾਹਾਂ ਦੇ ਹੁੰਦਿਆਂ ਤੂੰ ਸਾਹਾਂ 'ਚ ਨਹੀਂ, ਸਾਹਾਂ ਦੇ ਹੁੰਦਿਆਂ ਤੂੰ ਸਾਹਾਂ 'ਚ ਨਹੀਂ, ਉਮਰ ਦੇ ਹੁੰਦਿਆਂ ਤੂੰ ਉਮਰ 'ਚੋਂ ਮਨਫੀ। ਜ਼ਿੰਦਗੀ ਤੂੰ ਮਿਲੀ ਵੀ ਹੈ ਕਦੀ ਤਾਂ ਡਰ ਦੇ ਰੁੱਖ ਹੇਠਾਂ, ਜ਼ਿੰਦਗੀ ਤੂੰ ਮਿਲੀ ਵੀ ਹੈ ਕਦੀ ਤਾਂ ਡਰ ਦੇ ਰੁੱਖ ਹੇਠਾਂ, ਪੁਰਾਣੇ ਜ਼ਮਾਨੇ ਦੀ ਪ੍ਰੇਮਿਕਾ ਵਾਂਗੂ ਅੱਧੀ ਅਧੂਰੀ, ਟੁੱਟੇ ਹੋਏ ਸਾਹਾਂ ਦੀ ਤਰ੍ਹਾਂ, ਬਿਖਰੇ ਹੋਏ ਰਾਹਾਂ ਦੀ ਤਰ੍ਹਾਂ, ਹਵਾ ਵਿੱਚ ਫੈਲੀਆਂ ਬਾਹਾਂ ਦੀ ਤਰ੍ਹਾਂ। ਜ਼ਿੰਦਗੀ ਮੈਂ ਲੱਭਦਾ ਰਿਹਾ ਤੈਨੂੰ, ਜ਼ਿੰਦਗੀ ਮੈਂ ਲੱਭਦਾ ਰਿਹਾ ਤੈਨੂੰ, ਘਰ ਦੀਆਂ ਗੁੰਮੀਆਂ ਚਾਬੀਆਂ ਵਾਂਗੂ, ਕਿਸੇ ਹੋਰ ਦੇ ਖੰਡਰਾਂ ਵਿੱਚੋਂ, ਫਰੇਬ ਵਿੱਚੋਂ, ਓਲਿਆਂ ਵਿੱਚੋਂ, ਅਡੰਬਰਾਂ ਵਿੱਚੋਂ, ਜ਼ਿੰਦਗੀ ਮੈਂ ਲੱਭਦਾ ਰਿਹਾ ਤੈਨੂੰ। ਜ਼ਿੰਦਗੀ ਜੇ ਦਿਸਦੀ ਨਹੀਂ ਹੈ ਕਦੀ, ਜ਼ਿੰਦਗੀ ਜੇ ਦਿਸਦੀ ਵੀ ਹੈ ਕਦੀ ਤਾਂ ਕਿਸੇ ਹੋਰ ਦੇ ਨੇੜੇ, ਕਿਸੇ ਹੋਰ ਦੇ ਘਰ, ਜਾਂ ਫਿਰ ਕਦੀ ਕਦਾਈ ਕਿਸੇ ਹੱਥ ਸ਼ੋਅ ਵਿੱਚ ਨੱਚਦੀ ਜਿਹੀ, ਪ੍ਰੇਮਿਕਾ ਦੇ ਬੁੱਲਾਂ ਵਿੱਚ ਹੱਸਦੀ ਜਿਹੀ। ਜ਼ਿੰਦਗੀ ਤੂੰ ਜਦ ਵੀ ਮਿਲਦੀ ਹੈ ਨਹੀਂ ਮਿਲਦੀ, ਇੱਕ ਨਜ਼ਮ ਹੈ ਥੋੜ੍ਹਾ ਵੱਖਰੀ ਤਰ੍ਹਾਂ ਦੀ, ਲਾਲਟਨ ਨਜ਼ਮ ਦਾ ਨਾਂ, ਅਤੇ ਲਾਲਟਨ ਮੈਂ ਪੰਜਾਬ ਨੂੰ ਵਾਸਤੇ ਪ੍ਰਤੀਕ ਵਰਤਿਆ। ਲਾਲਟਨ ਪਹਿਲਾਂ ਵੀ ਬਲਦੀ ਸੀ, ਲਾਲਟਨ ਪਹਿਲਾਂ ਵੀ ਬਲਦੀ ਸੀ, ਉਹਦੇ ਚਾਨਣ 'ਚ ਸੁਪਨੇ ਮੌਲਦੇ ਸਨ, ਚਿਹਰੇ ਜਗਮਗਾਉਂਦੇ ਸਨ, ਨਿੱਕੇ ਬਾਲ ਘੁੱਗੂ ਘੋੜਿਆਂ ਦੀ ਬਾਤ ਪਾਉਂਦੇ ਸਨ, ਜੂਹਾਂ 'ਚੋਂ ਮਿਰਜ਼ੇ ਦੀ ਸੱਦ ਸੁਣਦੀ ਸੀ, ਇਸ਼ਕ ਵਿੱਚ ਭਿੱਜ ਕੇ ਗੱਭਰੂ ਹੀਰ ਗਾਉਂਦੇ ਸਨ। ਉਹ ਆਏ ਤੇ ਰੌਸ਼ਨੀ ਨੂੰ ਤਰਤੀਬ ਦੇਣ ਲੱਗ ਪਏ, ਉਹ ਆਏ ਤੇ ਰੌਸ਼ਨੀ ਨੂੰ ਤਰਤੀਬ ਦੇਣ ਲੱਗ ਪਏ। ਉਹਨਾਂ ਦਾ ਦਾਅਵਾ ਸੀ ਲਾਲਟਨ ਵਿੱਚ ਕੁਝ ਵੀ ਬਲ ਸਕਦਾ ਹੈ, ਉਹਨਾਂ ਦਾ ਦਾਅਵਾ ਸੀ ਲਾਲਟਨ ਵਿੱਚ ਕੁਝ ਵੀ ਬਲ ਸਕਦਾ ਹੈ, ਮਸਲਨ ਹਵਾ, ਪਾਣੀ, ਲਹੂ, ਧੁਆਂਖੀਆਂ ਲਾਸ਼ਾਂ, ਟੁੱਟੀਆਂ ਚੂੜੀਆਂ, ਵਲੁੰਦਰੇ ਜਿਸਮ ਤੇ ਹੋਰ ਵੀ ਬੜਾ ਕੁਝ, ਮਸਲਨ ਸੱਚ, ਕਦਰਾਂ, ਸੁਪਨੇ ਤੇ ਘਰ। ਜਸ਼ਨ ਦਰ ਜਸ਼ਨ ਉਹਨਾਂ ਗਲਾਸ ਲਹਿਰਾਏ ਤੇ ਵੇਖਦੇ ਰਹੇ ਦੰਗਿਆਂ ਦੀ ਦਰਗਾਹ, ਕੁਰਸੀਆਂ ਦਾ ਰੇੜਕਾ, ਚਗਲੀ ਸਿਆਸਤ ਦਾ ਜੂਠਾ ਡੋਨਾ, ਲਾਸ਼ਾਂ ਤੇ ਨੱਚ ਰਹੀ ਵੀੜੀ ਗਰਸੀ ਵੇਸਵਾ, ਆਪਣੇ ਜਨੂੰਨ ਦੀ ਦਹਿਸ਼ਤ ਤੇ ਸਾਡੇ ਸਹਿਮ ਦਾ ਜੰਗਲ ਉਹ ਵੇਖਦੇ ਰਹੇ, ਉਹ ਵੇਖਦੇ ਰਹੇ ਤੇ ਹੱਸਦੇ ਰਹੇ, ਉਹ ਵੇਖਦੇ ਰਹੇ ਤੇ ਹੱਸਦੇ ਰਹੇ, ਬੜਾ ਕੁਝ ਬਲਦਾ ਰਿਹਾ, ਬੜਾ ਕੁਝ ਬਾਲਦੇ ਰਹੇ, ਤੇ ਫਿਰ ਖੇਡ ਖੇਡ ਵਿੱਚ ਪਿਘਲੇ ਲਾਵੇ ਨਾਲ ਉਹਨਾਂ ਇੱਕ ਰੁੱਤ ਸਿਰਜ ਦਿੱਤੀ। ਪਿਘਲੇ ਲਾਵੇ ਨਾਲ
ਦਰਦ ਦੇ ਸੇਕ ਨਾਲ ਹੁਣ ਕਿਧਰੇ ਵੀ ਕੁਝ ਤਿੜਕ ਜਾਂਦਾ ਹੈ, ਕਿਤੇ ਕੁਝ ਡੁੱਬ ਜਾਂਦਾ ਹੈ। ਕਦੀ ਝੀਲਾਂ ਰੋਂਦੀਆਂ ਨੇ, ਕਦੀ ਸਮੁੰਦਰ ਖੌਲਦਾ ਹੈ, ਜੰਗਲ ਚੀਤਕਾਰ ਕਰਦੇ ਨੇ, ਮਾਰੂ ਥਲ ਦੀ ਰੂਹ ਲਹੂ ਦੇ ਘੁੱਟ ਮੰਗਦੀ ਹੈ, ਖੂਨ ਉਦੋਂ ਥਾਵਾਂ ਨਹੀਂ ਲੱਭਦਾ, ਕਿਤੇ ਵੀ ਡੁੱਲ ਜਾਂਦਾ ਹੈ। ਇਹ ਆਦਮੀ ਦਾ ਲਹੂ ਹੈ, ਆਦਮੀ ਨੂੰ ਭੁੱਲ ਜਾਂਦਾ ਹੈ। ਰੋਜ਼ ਨਾਮਚੇ ਦੇ ਪਾਟੇ ਸਫ਼ੇ ਉੱਤੇ, ਰੋਜ਼ ਨਾਮਚੇ ਦੇ ਪਾਟੇ ਸਫ਼ੇ ਉੱਤੇ ਕਿਸੇ ਅਜਬ ਤਸਵੀਰ ਵਾ ਦਿੱਤੀ। ਉਸ ਚਿੱਤਰ ਵਿੱਚ ਸੁਹਾਗ ਚੂੜੇ ਦਾ ਤਿੜਕਿਆ ਬਦਨ ਹੈ, ਵਿਧਵਾ ਦੇ ਸੁੰਨੇ ਤਚੀਰ ਦਾ ਉਦਾਸ ਬੀਆਬਾਨ ਹੈ, ਕੁਆਰੀ ਦੇ ਬਲਾਤਕਾਰ ਦਾ ਭਿੱਜਿਆ ਕੱਪੜਾ ਹੈ, ਚਿੱਕੜ 'ਚ ਪਈ ਮੌਲੀ ਹੈ, ਮਮਤਾ ਦਾ ਵਿਰਲਾਪ ਹੈ, ਘਰ ਦਾ ਮਲਬਾ ਹੈ, ਚੁਲਸ ਗਏ ਫੁੱਲ ਨੇ, ਲਾਵੇ ਦੇ ਜਿਸਮ 'ਤੇ ਉੱਗੇ ਧੁਆਂਖੇ ਬੁੱਲ ਨੇ। ਲਾਲਟਨ ਦੀ ਰੋਸ਼ਨੀ ਵਿੱਚ ਹਵਾ ਦੀ ਤਸੀਰ ਹੀ ਕੁਝ ਹੋਰ ਹੋ ਗਈ ਹੈ। ਲਾਲਟਨ ਦੀ ਰੋਸ਼ਨੀ ਵਿੱਚ ਹਵਾ ਦੀ ਤਸੀਰ ਹੀ ਕੁਝ ਹੋਰ ਹੋ ਗਈ ਹੈ। ਜੋ ਵੀ ਕਹਿ ਰਿਹਾ ਹਾਂ ਇਹ ਨਜ਼ਮ ਵਰਗਾ ਕੁਝ ਨਹੀਂ, ਨਾ ਇਹ ਖਤਾਂ ਵਰਗਾ ਖਤ, ਬਸ ਇੱਕ ਪਿਘਲਿਆ ਅਥਰੂ ਹੈ ਜੋ ਹਰਫਾਂ 'ਤੇ ਡਿੱਗਾ ਅਤੇ ਫੈਲ ਗਿਆ। ਹੁਣ ਲਾਲਟਨ ਦੀ ਚਿਮਨੀ ਤਿੜਕ ਗਈ ਹੈ, ਬੱਤੀ ਝੁਲਸ ਗਈ ਹੈ, ਅਦਮੋਈ ਲੋਅ ਵਿੱਚ ਅਲਗੋਜ਼ਿਆਂ ਦੇ ਸੁਰ ਸੌਂ ਗਏ ਨੇ, ਢੋਲਕੀ ਦੀ ਥਾਪ ਮਰ ਗਈ ਹੈ, ਜਵਾਰ ਪਾਟੇ ਦੇ ਮਾਤਮ ਵਿੱਚ ਕੋਈ ਲੋਰੀ ਨਹੀਂ ਸੁਣਦੀ, ਤਿੜਕੀਆਂ ਮਾਵਾਂ ਅਲਾਉਣੀ ਪਾਉਂਦੀਆਂ ਨੇ ਅਤੇ ਮਾਸ ਦੇ ਕਿਲੇ ਵਿੱਚ ਸਹਿਮੀਆਂ ਰੂਹਾਂ ਆਪਣਾ ਨੜੋਆ ਨਹਾਉਂਦੀਆਂ ਨੇ। ਲਾਲਟਨ ਪਹਿਲਾਂ ਵੀ ਬਲਦੀ ਸੀ, ਲਾਲਟਨ ਹੁਣ ਵੀ ਬਲਦੀ ਹੈ। ਹੁਣ ਕਵਿਤਾ ਦੀ ਸਿਰਜਣ ਪ੍ਰਕਿਰਿਆ ਨਾਲੋਂ ਜੇ ਤੁਸੀਂ ਆਗਿਆ ਦਿਓਗੇ ਤਾਂ ਮੈਂ ਕਹਾਣੀ ਦੀ ਸਿਰਜਣ ਪ੍ਰਕਿਰਿਆ ਇੱਕ ਦੱਸ ਦਿੰਦਾ। ਤੁਸੀਂ ਕਵੀ ਤੋਂ ਪਹਿਲਾਂ ਕਵੀ ਸੀ, ਪਹਿਲਾਂ ਕਵਿਤਾ ਲਿਖਣੀ ਸ਼ੁਰੂ ਕੀਤੀ? ਹਾਂ, ਇਹ ਮੈਨੂੰ ਇਹ ਲੱਗਦਾ ਵੀ ਕਵਿਤਾ ਜਿਹੜੀ ਹੈ ਨਾ ਉਹ ਅਰਸ਼ ਜੀ ਬੇਸਿਕ ਵਿਧਾ ਹੈਗੀ ਆ, ਜਿਹਦੇ ਅੰਦਰ ਕਵਿਤਾ ਹੈ ਨਹੀਂ ਉਸ ਬੰਦੇ ਨੂੰ ਲੇਖਕ ਬਣਨ ਬਾਰੇ ਨਹੀਂ ਸੋਚਣਾ ਚਾਹੀਦਾ। ਇਹ ਉਸ ਤੋਂ ਬਾਅਦ ਦਾ ਵਿਸਥਾਰ ਜਿਹੜਾ ਅੱਗੇ ਅਗਲੇ ਕਦਮ ਨੇ ਨਾ ਉਹ ਕਹਾਣੀ ਹੈ, ਨਾਵਲ ਹੈਗਾ ਮੇਰੇ ਖਿਆਲ ਅਨੁਸਾਰ। ਹਾਂ, ਕਿਉਂਕਿ ਤੁਹਾਡੇ ਇੰਨੇ ਸਖ਼ਤ ਨੌਕਰੀ, ਇੰਨੇ ਟਫ ਜੋਬ, ਆਰਮੀ ਦੀ ਫੀਲਿੰਗਸ, ਹਥਿਆਰ ਸਾਰੇ ਪਾਸੇ, ਅਤੇ ਇੰਨੀ ਸਲੀਨਤਾ, ਇੰਨੇ ਅੰਦਰੋਂ ਨਰਮ, ਇੰਨੇ ਉਹ ਕੂਲੇ ਪਲ ਪੋਇਟਿਕ ਜਿਹਦੀ ਤੁਸੀਂ ਭਾਸ਼ਾ ਵਰਤਦੇ ਹੋ, ਇਹ ਕਿਸ ਤਰ੍ਹਾਂ ਤੁਹਾਡੇ ਸ਼ਖਸੀਅਤ ਦੇ ਨਾਲ ਦੋ ਇੱਕ ਵਿਸ਼ਾਲ ਅਰਪਣ ਦੀ ਕਵਿਤਾ ਸਾਡਾ ਮੇਰਾ ਸਮਕਾਲੀ ਸੀ, ਬਾਕੀ ਨਹੀਂ ਮੈਨੂੰ ਪਤਾ, ਹਲ ਦੋ ਲਾਈਨਾਂ ਜੀਆਂ ਚੇਤੇ ਆ ਅਤੇ ਦੋਵੇਂ ਫੇਫੜੇ ਨਕਾਰਾ ਹੋ ਗਏ, ਦੋਵੇਂ ਫੇਫੜੇ ਨਕਾਰਾ ਹੋ ਗਏ, ਉਹਨਾਂ ਦੀ ਸਰਦਲ 'ਚ ਬੈਠਾ ਦਿਲ ਦਿਲ ਕਿਵੇਂ ਬਚਿਆ ਰਿਹਾ। ਪਰ ਮੈਨੂੰ ਇੱਦਾਂ ਲੱਗਦਾ ਕਿ ਪਹਿਲਾਂ ਮੇਰੇ ਨਾਲ ਉਲਟ ਹੋਇਆ, ਮੈਂ ਪਹਿਲਾਂ ਕਹਾਣੀਆਂ ਲਿਖੀਆਂ, ਉਹ ਕਹਾਣੀਆਂ ਛਪੀਆਂ,
ਤੇ ਉਹ ਤੋਂ ਬਾਅਦ ਮੈਂ ਕਵਿਤਾ ਵੱਲ ਆਈ ਤੇ ਮੈਨੂੰ ਲੱਗਦਾ ਕਿ ਜੇ ਕਵਿਤਾ ਨਹੀਂ ਆ ਤਾਂ ਜ਼ਿੰਦਗੀ ਨਹੀਂ ਆ ਵੀ ਜੇ ਮੈਂ ਜਿਉਂਦੀ ਆ ਤਾਂ ਸ਼ਾਇਦ ਕਵਿਤਾ ਕਰਕੇ ਹੀ ਜਿਉਂਦੀ ਆ ਨਹੀਂ ਉਹਦੇ ਵਿੱਚ ਜਿਹੜਾ ਨਾ ਤੁਹਾਡੇ ਅੰਦਰ ਪਹਿਲਾਂ ਵੀ ਸੀ ਕਵਿਤਾ ਜਿਹੜੀ ਤੁਹਾਡੇ ਅੰਦਰ ਸੀ ਟਾਈਮ ਨੂੰ ਬਾਅਦ ਚ ਦਿੱਤਾ ਹਾਂ ਇਹ ਇਹੀ ਗੱਲ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਬਾਅਦ ਚ ਦਿੱਤਾ ਕਵਿਤਾ ਤਾਂ ਪਹਿਲਾਂ ਵੀ ਸੀ ਤੁਹਾਡੇ ਅੰਦਰ ਕਿਉਂਕਿ ਮੇਰੀ ਕਹਾਣੀ ਦੇ ਵਿੱਚ ਉਦੋਂ ਮੈਂ ਪੜ੍ਹੀ ਤਾਂ ਉਹ ਕਹਿੰਦੇ ਨਹੀਂ ਇਹਦੇ ਚ ਕਾਵਿਕਤਾ ਆ ਵੀ ਇਹ ਕਵਿਤਾ ਵਰਗੀ ਕਹਾਣੀ ਅੱਛਾ ਇਹਦੇ ਚ ਜਿਹੜਾ ਨਾ ਇਹ ਮੇਰੇ ਵਰਗੀ ਮੈਨੂੰ ਕੋਈ ਗੱਲ ਨਹੀਂ ਲੱਗਦੀ ਅੱਛਾ ਮੇਰੇ ਵਰਗੀ ਇਸ ਕਰਕੇ ਨਹੀਂ ਲੱਗਦੀ ਸਾਡੇ ਆਲੋਚਕ ਬਣੇ ਬਣਾ ਤੇ ਜਿਹੜੀ ਆਪਣੀ ਆਲੋਚਨਾ ਹੈਗੀ ਆ ਹੁਣ ਉਹ ਬੰਦਾ ਜਿਸ ਮਿੱਟੀ ਦਾ ਬਣਿਆ ਹੋਇਆ ਉਹਦੀ ਮਿੱਟੀ 'ਚ ਭਾਵਕਤਾ ਗੁੰਨੀ ਗਈ ਆ ਜਾਂ ਜੋ ਕੁਛ ਵੀ ਗੁੰਨਿਆ ਗਿਆ ਉਹਨੂੰ ਆਪਾਂ ਹੁਣ ਕਿਸੇ ਮਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਤੇਰੇ ਨਿਆਣੇ ਦੇ ਨਕਸ਼ ਨਹੀਂ ਠੀਕ ਤੇਰੇ ਨੱਕ ਉਹਦਾ ਠੀਕ ਨਹੀਂ ਗਾ ਉਹਦੀਆਂ ਅੱਖਾਂ ਜਿਹੜੀਆਂ ਥੋੜ੍ਹੀਆਂ ਹੋਰ ਵੱਡੀਆਂ ਕਰਦੇ ਜਾਂ ਕੁਛ ਉਹ ਤੋਂ ਨਹੀਂ ਹੁਣ ਉਹ ਸ਼ਖਸੀਅਤ ਆ ਉਹ ਜਿਹੜੀ ਸ਼ੈਲੀ ਤੁਹਾਡੀ ਜਿਹੜਾ ਤੁਹਾਡਾ ਲਿਖਣ ਦਾ ਅੰਦਾਜ਼ ਆ ਉਹ ਤੁਹਾਡੇ ਸੁਭਾਅ ਦਾ ਹਿੱਸਾ ਤੁਹਾਡੀ ਸੋਚ ਦਾ ਹਿੱਸਾ ਤੁਹਾਡਾ ਉਹ ਤੁਹਾਡਾ ਮੈਂ ਆ ਤੁਹਾਡਾ ਸੈਲਫ ਆ ਉਹ ਹਾਂਜੀ ਜਿੱਦਾਂ ਇਸ ਹੁਣ ਤੁਸੀਂ ਦੋ ਕਵਿਤਾਵਾਂ ਪੜ੍ਹੀਆਂ ਉਹਨਾਂ 'ਚੋਂ ਇੱਕ ਵਿੱਚ ਇੱਕ ਮਨਫੀ ਲਫ਼ਜ਼ ਆਉਂਦਾ ਹਾਂ ਇੱਕ ਕਵਿਤਾ ਦੇ ਵਿੱਚ ਮਨਫੀ ਦੀ ਗੱਲ ਮੈਂ ਸਭ ਤੋਂ ਪਹਿਲਾਂ ਮਤਲਬ ਜਿਹੜੀ ਮੁਹੱਬਤ ਦੀ ਮਤਲਬ ਉਹਨੂੰ ਲੰਬੀ ਕਹਾਣੀ ਕਹਿ ਲਓ ਛੋਟਾ ਨਾਵਲ ਕਹਿ ਲਓ ਵਾਹਵਰੋਲਾ ਮਤਲਬ ਇਹਨਾਂ ਦਾ ਨਾਮ ਪੜ੍ਹਿਆ ਔਰ ਮੈਂ ਅੱਜ ਤੀਕਰ ਮੈਂ ਇਹ ਗੱਲ ਕਰਦਾ ਵਾਂ ਕਿ ਮੈਂ ਕੁਛ ਕਹਾਣੀਆਂ ਲਿਖੀਆਂ ਮੈਂ ਅਤੇ ਇਹਨਾਂ ਤੋਂ ਇਹਨਾਂ ਦੀ ਕਹਾਣੀ ਤੋਂ ਮੈਂ ਕਦੀ ਮੁਕਤ ਨਹੀਂ ਹੋ ਸਕਿਆ ਵਾਹਵਰੋਲੇ ਤੋਂ ਖਾਸ ਕਰਕੇ ਹੋਰ ਵੀ ਇਹਨਾਂ ਦੀਆਂ ਕਹਾਣੀਆਂ ਬਹੁਤ ਇਸ ਬੰਦੇ ਨੂੰ ਵੀ ਮੈਂ ਮੁਕਤ ਨਹੀਂ ਹੋਣ ਦਿੱਤਾ ਮੇਰੇ ਯਾਦ ਆਉਂਦਾ ਬਾਬ ਰੋਲੇ ਤੁਸੀਂ ਮੈਂ ਇਹਨਾਂ ਨੂੰ ਇੱਕ ਖਤ ਲਿਖਿਆ ਸੀ ਉਦੋਂ ਮੈਂ ਕਿਹਾ ਵੀ ਬਾਬ ਰੋਲਾ ਨਾਵਲ ਮੈਨੂੰ ਐਂ ਲੱਗਿਆ ਵੀ ਮੇਰੀ ਕਹਾਣੀ ਹੈ ਅਤੇ ਇਹਨਾਂ ਨੇ ਜਵਾਬ ਪਤਾ ਕੀ ਦਿੱਤਾ ਕਹਿੰਦੇ ਇਹ ਮੇਰਾ ਨਾਵਲ ਨਹੀਂ ਤੇਰਾ ਨਾਵਲ ਹੈ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਇਹ ਜ਼ਿਕਰ ਕੀਤਾ ਤੇ ਪਿਛਲੇ ਮਹੀਨੇ ਦਰਵੇਸ਼ ਜਦੋਂ ਮੇਰੇ ਕੋਲ ਵਿਆਸ ਆਇਆ ਅਸੀਂ ਬਾਬ ਰੋਲੇ ਦੀ ਗੱਲ ਕਰ ਰਹੇ ਸੀ ਕਿ ਮੈਂ ਉਹ ਪੜ੍ਹਿਆ ਕਹਾਣੀ ਬਾਰੇ ਗੱਲਬਾਤ ਕਰ ਰਿਹਾ ਹੁਣ ਉੱਥੇ ਵੀ ਮਤਲਬ ਜਦੋਂ ਮੈਨੂੰ ਯਾਦ ਆ ਡਾਇਲੋਗ ਜਿਵੇਂ ਪੂਰਾ ਨਾ ਗਲਤ ਨਾ ਬੋਲ ਜਾਵਾਂ ਵੀ ਉਹ ਕਹਿੰਦਾ ਸਾਡੇ ਜਿਹੜੇ ਮੌਸਮ ਜਿਹੜੇ ਆ ਜਮਾਂ ਨਹੀਂ ਹੁੰਦੇ ਮਨਫੀ ਤੋਂ ਸ਼ੁਰੂ ਹੁੰਦੇ ਆ ਉਹਦੇ ਵਿੱਚ ਮਤਲਬ ਕੁਛ ਇੱਦਾਂ ਦਾ ਡਾਇਲੋਗ ਹੈ ਅੱਛਾ ਮੈਨੂੰ ਨਹੀਂ ਯਾਦ ਤੇ ਇੱਥੇ ਵੀ ਮਨਫੀ ਹੁਣ ਤੇ ਯਾਦ ਆ ਨਾ ਤੁਸੀਂ ਮਨਫੀ ਕਿਹਾ ਦੇਖੋ ਉਹ ਜਿਹੜਾ ਨਾ ਉਹ ਕਹਿੰਦੇ ਆ ਵੀ ਹਵਾ ਨਾਲ ਵੀ ਟੁਣਕ ਪੈਂਦੇ ਨੇ ਤਾਰ ਵੀਣਾ ਦੇ ਚੁੱਪ ਤਾਂ ਆਖਰ ਕੋਈ ਵੀ ਦਿਲ ਨਹੀਂ ਰਹਿੰਦਾ ਉਹ ਤਾਂ ਜ਼ਿੰਦਗੀ ਦਾ ਹਿੱਸਾ ਉਹ ਤੁਹਾਡੀ ਦਾ ਵੀ ਆ ਮੇਰੀ ਦਾ ਵੀ ਆ ਜਦੋਂ ਇਹਨਾਂ ਨੂੰ ਮੈਂ ਮਨਫੀ ਦੀ ਗੱਲ ਕੀਤੀ ਤੇ ਪਾਲ ਜੀ ਨੇ ਕਿਹਾ ਵੀ ਉਹਨਾਂ ਜਾਂ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਚਿਹਰੇ ਤੇ ਮੁਸਕਰਾਹਟ ਵੇਖੀ ਉਹ ਔਰ ਮਤਲਬ ਮੈਂ ਬਿਲਕੁਲ ਇਹਨਾਂ ਦੀ ਅੱਖਾਂ ਚ ਅੱਖਾਂ ਪਾ ਕੇ ਵੇਖ ਰਿਹਾ ਸੀ ਨਾਲ ਇੱਕ ਹੋਕਾ ਵੀ ਨਿਕਲਿਆ ਸੀ ਕਮਾਲ ਹੈ ਦੇਖੋ ਇਹ ਜਿਹੜਾ ਨਾ ਮੈਂ ਹੁਣੇ ਜਿਹੜਾ ਨਾ ਇੱਥੇ ਗੱਲ ਕਰ ਰਿਹਾ ਸੀਗਾ ਅਸੀਂ ਦਰਵੇਸ਼ ਨਾਲ ਹੀ ਗੱਲ ਹੋ ਰਹੀ ਸੀ ਸ਼ਾਇਦ ਜਾਂ ਸੁਵਿਸ਼ਾਲ ਵੀ ਸੀ ਤੇ ਜਿਹੜਾ ਨਾ ਕਿਸੇ ਵੀ ਪਿਆਰ ਦਾ ਜਿਹੜਾ ਤੁਹਾਨੂੰ ਕੋਈ ਔਰਤ ਚੰਗੀ ਲੱਗਦੀ ਆ ਉਹ ਦੁਨੀਆਂ ਦੀ ਸਭ ਤੋਂ ਸੋਹਣੀ ਔਰਤ ਹੈ ਤੇ ਤੁਹਾਡੀ ਇੱਛਾ ਤੁਹਾਡੀ ਤਲਬ ਬੀਵੀ ਮੈਂ ਉਹ ਗੱਲ ਜਵਾਬ ਆ ਜਾਏਗਾ ਮੈਂ ਜਵਾਬ ਦਊਂਗਾ ਮੈਂ ਪੂਰਾ ਜਵਾਬ ਦਊਂਗਾ ਤੁਸੀਂ ਉਸ ਨਾਲ ਫਿਰ ਉਹ ਲਿੰਕ ਕਈ ਵਾਰੀ ਗੱਲ ਦਾ ਟੁੱਟ ਜਾਂਦਾ ਤੇ ਹੁਣ ਤੁਸੀਂ ਭੁਲਾ ਤਾ ਤੁਸੀਂ ਮੁਹੱਬਤ ਦੀ ਗੱਲ ਹਾਂ ਅੱਛਾ ਉਹ ਜਿਹੜੀ ਉਹ ਦੁਨੀਆਂ ਦੀ ਸਭ ਤੋਂ ਸੋਹਣੀ ਔਰਤ ਹੈ
ਆਪਣੀ ਉਦੋਂ ਤਲਬ ਕੀ ਆ, ਆਪਣੀ ਉਦੋਂ ਇੱਛਾ ਕੀ ਆ, ਆਪਣਾ ਉਦੋਂ ਸੁਪਨਾ ਕੀ ਆ, ਵੀ ਉਹ ਔਰਤ ਮੇਰੀ ਹੋਵੇ, ਕਿਸੇ ਰੂਪ ਵਿੱਚ ਹੋਵੇ, ਉਹਦੇ ਨਾਲ ਮੇਰਾ ਵਿਆਹ ਹੋਵੇ, ਉਹ ਪੁਜ਼ੈਸ਼ਨ। ਇੱਕ ਤਾਂ ਜੇ ਤੁਹਾਡਾ ਹੋ ਗਿਆ ਨਾ ਉਹਦੇ ਨਾਲ, ਉਹ ਨਾਲ ਦੀ ਨਾਲ ਪ੍ਰੇਮਿਕਾ ਤੋਂ ਪ੍ਰੋਪਰਟੀ ਵਿੱਚ ਕਨਵਰਟ ਹੋ ਜਾਂਦੀ ਜੀ। ਉਹਨੂੰ ਤੁਸੀਂ ਪ੍ਰੋਪਰਟੀ ਵਾਂਗੂ ਜਿਹੜਾ ਨਾ ਉਹ ਵਰਤਣ ਲੱਗ ਪੈਂਦੇ ਹੋ, ਟ੍ਰੀਟ ਕਰਦੇ ਹੋ, ਹੈ ਨਾ। ਅਤੇ ਇਹ ਤੁਹਾਡੇ ਪਿਆਰ ਦਾ ਇਸ ਤੋਂ ਵੱਧ ਟ੍ਰੈਜਿਕ ਐਂਡ ਹੋਰ ਕੋਈ ਨਹੀਂ ਹੈਗਾ ਜੀ। ਅਤੇ ਦੁਆ ਕਰੋ ਵੀ ਕਿਸੇ ਦੀ ਪ੍ਰੇਮਿਕਾ ਨਾਲ ਕਿਸੇ ਦਾ ਵਿਆਹ ਨਾ ਹੋਵੇ, ਜੇ ਉਹਨੇ ਬੰਦੇ ਨੇ ਸੌਖਾ ਰਹਿਣਾ। ਅਤੇ ਦੂਜਾ ਜਿਹੜੀ ਤੁਸੀਂ ਗੱਲ ਕੀਤੀ ਆ, ਮੈਂ ਆਪਣੇ ਟਾਈਮ 'ਤੇ ਬੜਾ ਹੈਂਡਸਮ ਸੀ, ਸੋਹਣਾ ਸੀਗਾ। ਆਪਣਾ ਟਾਈਮ ਮਤਲਬ ਹੁਣ ਵੀ ਤੁਹਾਡਾ ਟਾਈਮ ਹੈ। ਅੱਛਾ, ਅਤੇ ਹੋਕੀ ਖੇਡਦਾ ਸੀਗਾ, ਅਥਲੈਟਿਕਸ ਕਰਦਾ ਸੀਗਾ, ਸਟੇਜ ਕੰਡਕਟ ਕਰਦਾ ਸੀਗਾ ਅਤੇ ਲਿਖਦਾ ਸੀਗਾ। ਉਹ ਸਾਰਾ ਕੁਛ ਜਿਹੜਾ ਨਾ ਉਹ ਹਾਂ, ਅਤੇ ਤੁਸੀਂ ਹੈਰਾਨ ਹੋਵੋਗੇ ਵੀ ਜਿੱਥੇ ਵੀ ਕਿਤੇ ਮੋਹ ਜਾਗਿਆ ਜਾਂ ਉਹ ਮੇਰੇ ਵੱਲੋਂ ਨਹੀਂ, ਦੂਜੀ ਧਿਰ ਨੇ ਚੋਰੀ ਚਿੱਠੀ ਫੜਾਤੀ, ਕਿਤਾਬ 'ਚ ਚਿੱਠੀ ਫੜਾਤੀ, ਉਹਨੇ ਦੇਣੀ ਜਾਂ ਜਿਲਦ ਦੇ ਵਿੱਚ ਲਗਾ ਕੇ ਦਿੰਦੇ ਹੁੰਦੇ ਸੀ, ਅਤੇ ਇੱਦਾਂ ਦੀ ਗੱਲ। ਅਤੇ ਇਹ ਇੱਕ ਸਹਿਜ ਹੈ ਗੱਲਾਂ, ਆਪਾਂ ਜਿਹੜਾ ਨਾ ਇਹਨੂੰ ਬੜਾ ਹੋਵੇ ਵਾਂਗੂ ਲੈਂਦੇ ਹਾਂ, ਬੜਾ ਸਹਿਜ ਹੈ ਕਿਸੇ ਦਾ ਰਿਲੇਸ਼ਨਸ਼ਿਪ ਜਿਹੜਾ ਨਾ ਤਾਰੇ ਦੇ, ਹਾਂ ਸੰਬੰਧ ਜਿਹੜੇ ਆ ਉਹਦੇ 'ਚ ਕੋਈ ਇਹੋ ਜਿਹੀ ਖਤਰਨਾਕ ਗੱਲ ਕੋਈ ਨਹੀਂ ਜੀ ਹੈਗੀ। ਹਾਂ ਇਹ ਸਗੋਂ ਇਹ ਹੈਗਾ ਵੀ ਤੁਹਾਡੇ 'ਚ ਗੁਣ ਹੈਗੇ ਆ ਬੰਦੇ 'ਚ ਜਾਂ ਔਰਤ ਵਿੱਚ ਵੀ ਤੁਸੀਂ ਕਿਸੇ ਨੂੰ ਚੰਗੇ ਲੱਗਦੇ ਹੋ, ਇਹ ਉਹਨੂੰ ਕੰਪਲੀਮੈਂਟਸ ਲੈਣਾ ਚਾਹੀਦਾ ਔਰਤ ਨੂੰ ਵੀ ਬੰਦੇ ਨੂੰ ਵੀ। ਅਤੇ ਮਤਲਬ ਉਬਾਵ ਰੋੜੇ ਦੇ ਵਿੱਚ ਨਾ, ਮਤਲਬ ਮੈਨੂੰ ਯਾਦ ਆ ਕਿ ਜਦੋਂ ਇੱਕ ਵਿਆਹ ਤੋਂ ਬਾਅਦ ਮਤਲਬ ਇੱਕ ਵਿਆਹ 'ਚ ਇਕੱਠੇ ਹੁੰਦੇ ਆ ਤਾਂ ਬੜੀ ਦੇਰ ਬਾਅਦ ਮਿਲਦੇ ਆ, ਤੇ ਉਹ ਕਿਵੇਂ ਬਿੰਦੀ ਸੀ ਸ਼ਾਇਦ ਉਹਦਾ ਬਿੰਦੋ ਜਾਂ ਬਿੰਦੀ, ਤੇ ਉਹ ਗੱਲਾਂ ਬਾਤਾਂ ਕਰਦੇ ਆ, ਤੇ ਮਤਲਬ ਇਹ ਸਾਰਾ ਕੁਛ ਮੈਂ ਚਾਹੁੰਦਾ ਪੁੱਛਣਾ ਚਾਹੁੰਦਾ ਵਾ ਕਿ ਉਦੋਂ ਉਹ ਲਿਖਦੇ ਆ, ਉਹ ਗੱਲਾਂ ਲਿਖਦੇ ਆ, ਜਸਵੀਰ ਭੁੱਲਰ ਕਿੱਥੇ ਸੀ ਉਹ? ਉਹਦੇ ਵਿੱਚ ਹੀ ਅੱਛਾ ਮੈਨੂੰ ਮੈਨੂੰ ਵੀ ਸਵਾਲ ਮੈਂ ਚਲੋ ਸਾਹਿਬ ਇਹ ਦੱਸੋ ਕਿ ਤੁਸੀਂ ਕਦੇ ਕੋਈ ਏਦਾਂ ਦਾ ਸੁਪਨਾ ਸਿਰਜਿਆ ਜਿਹੜਾ ਕਿ ਤੁਹਾਡੀ ਕਿਸੇ ਬਹੁਤ ਵੱਡੀ ਰਚਨਾ ਦੀ ਜ਼ਮੀਨ ਬਣ ਗਿਆ? ਇਹ ਬੜਾ ਕਸੂਤਾ ਜਿਹਾ ਸਵਾਲ ਹੈ। ਦੇਖੋ ਜਿਹੜਾ ਨਾ ਜਿਹੋ ਜੀ ਦੁਨੀਆ ਮੈਨੂੰ ਰਹਿਣ ਲਈ ਚਾਹੀਦੀ ਆ ਜਾਂ ਤੁਹਾਨੂੰ ਰਹਿਣ ਲਈ ਚਾਹੀਦੀ ਆ, ਉਹ ਰੱਬ ਕੋਲੋਂ ਨਹੀਂ ਜੇ ਬਣੀ, ਰੱਬ ਕੋਲੋਂ ਬਣ ਵੀ ਨਹੀਂ ਸਕਦੀ। ਉਹਦੇ ਵਾਸਤੇ ਜਿਹੜਾ ਨਾ ਆਪਾਂ ਨੂੰ ਆਪ ਐਫਰਟਸ ਕਰਨੀਆਂ ਪੈਂਦੀਆਂ, ਅਤੇ ਉਹ ਮੈਨੂੰ ਲੱਗਦਾ ਵੀ ਸ਼ਾਇਦ ਅਸੀਂ ਆਪਣੀ ਲਿਖਤ ਰਾਹੀਂ ਲਿਖ ਕੇ ਸ਼ਾਇਦ ਅਸੀਂ ਥੋੜ੍ਹਾ ਬਹੁਤਾ ਜਿਹੜਾ ਨਾ ਉਹ ਕੋਸ਼ਿਸ਼ ਕਰ ਸਕਦੇ ਹਾਂ, ਘੱਟੋ ਘੱਟ ਦੱਸ ਸਕਦੇ ਹਾਂ ਵੀ ਸਾਨੂੰ ਇੱਦਾਂ ਦੀ ਦੁਨੀਆ ਚਾਹੀਦੀ ਜੀ। ਉਹ ਕਿਹੜੀ ਰਚਨਾ ਹੈ ਜਿਹਦੇ 'ਚ ਤੁਸੀਂ ਦੱਸਿਆ? ਮੇਰੇ ਖਿਆਲ ਸਾਰਿਆਂ 'ਚ ਭੋਰਾ ਭੋਰਾ ਸਾਨੂੰ ਕਈ ਅਸੀਂ ਜਿਹੜੇ ਔਰਤਾਂ ਦੇ
ਛੱਪਦੇ ਰਹੇ ਹਾਂ ਕਾਫੀ ਜ਼ਿਆਦਾ। ਹਾਂਜੀ ਨਾਗਮਣੀ ਚ। ਹਾਂਜੀ ਤੇ ਉਹ ਇੱਕ ਸਵਾਲ ਪੁੱਛਦਾ ਇਹਨਾਂ ਨੂੰ, ਮੈਨੂੰ ਵੀ ਪੁੱਛਿਆ ਉਹਨੇ ਕਿ ਵੀ ਤੁਸੀਂ ਲੋਕ ਅੰਮ੍ਰਿਤਾ ਤੋਂ ਅੱਗੇ ਨਹੀਂ ਨਿਕਲਦੇ, ਆਪਣੇ ਸਮਰੱਥਾ ਮੁਤਾਬਕ ਆਪਣੇ ਉਹਦੇ ਮੁਤਾਬਕ ਆਪਾਂ ਚੰਗਾ ਲਿਖਣ ਦੀ ਕੋਸ਼ਿਸ਼ ਕਰਦੇ ਹਾਂ। ਆਪਣਾ ਬੜਾ ਲੰਬਾ ਵਾਸਤਾ ਰਿਹਾ ਆ ਤੇ ਮਤਲਬ ਮੈਨੂੰ ਲੱਗਦਾ ਕਿ ਲੇਖਕ ਬਣਦੇ ਆ ਤੁਸੀਂ ਵੇਖਿਆ ਮੇਰੀ ਪਹਿਲੀ ਕਿਤਾਬ ਤੋਂ ਲੈ ਕੇ ਹੁਣ ਤੱਕ ਵੀ ਆਪਾਂ ਤੁਰਦੇ ਰਹੇ ਹਾਂ ਤੇ ਸਾਹਿਤਕ ਸਭਾਵਾਂ 'ਚ ਵੀ ਅਸੀਂ ਤੁਹਾਨੂੰ ਵਿਚਰਦੇ ਵੇਖਿਆ ਤੇ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਇਹ ਮਹਿਸੂਸ ਹੁੰਦਾ ਕਿ ਜਿੰਨਾ ਸੋਹਣਾ ਤੁਸੀਂ ਕਵਿਤਾ ਲਿਖੀ ਆ, ਕਹਾਣੀ ਲਿਖੀ ਆ, ਨਾਵਲ ਲਿਖੀ ਆ ਰੀਅਲ ਲਾਈਫ ਦੇ ਨਾਲ ਸੰਬੰਧਿਤ ਹੈ ਨਾ ਤੇ ਉਹਨਾਂ ਦੇ ਪ੍ਰਭਾਵ ਇਹੋ ਜਿਹੇ ਆ ਕਿ ਮੇਰੇ ਵਰਗਾ ਬੰਦਾ ਜਦੋਂ ਉਹ ਤੁਹਾਡਾ ਨਾਵਲ ਪੜ੍ਹਦਾ ਤੇ ਪੂਨੇ ਜਾ ਕੇ ਮੇਰੇ ਨਾਲ ਵਾਪਰਿਆ ਕਿ ਮੈਂ ਪੂਨੇ ਜਾ ਕੇ ਉੱਥੇ ਉਹ ਚਾਹ ਵਾਲਾ ਖੋਖਾ ਲੱਭਦੀ ਰਹੀ ਕਿ ਇੱਥੇ ਚਾਹ ਵਾਲਾ ਖੋਖਾ ਹੋਊਗਾ ਕਿ ਉਹ ਇੰਨਾ ਮਤਲਬ ਕਲੀਅਰ ਜਿਹੜਾ ਦ੍ਰਿਸ਼ ਆ ਮਹੂਰਤ ਨਾਵਲ ਦਾ ਨਾ ਦ੍ਰਿਸ਼ ਮਹੂਰਤ ਬਾਰੇ ਦੱਸ ਰਿਹਾ ਹੈ ਤੇ ਇਹ ਫਿਲਮ ਇੰਸਟੀਚਿਊਟ ਪਹੁੰਚ ਗਿਆ ਵੀ ਇੱਥੇ ਸਾਰਾ ਕੁਝ ਉਦਾਂ ਹੀ ਆ ਵੇਖਣ ਲਈ ਇਹਨਾਂ ਦਾ ਨਾਵਲ ਪੜ੍ਹਨ ਉਪਰੰਤ ਜੇ ਕੋਈ ਸਾਡਾ ਬੋਲ ਲਿਸ਼ਕਦਾ ਤਾਰਾ ਹੋਇਆ ਜੇ ਕੋਈ ਸਾਡਾ ਬੋਲ ਲਿਸ਼ਕਦਾ ਤਾਰਾ ਹੋਇਆ ਤਾਂ ਉਹ ਆਪਣਾ ਅੰਬਰ ਆਪੇ ਭਾਲ ਲਵੇਗਾ। ਆਪਾਂ ਜੇ ਇਸ ਕਰਕੇ ਲਿਖਦੇ ਹਾਂ ਵੀ ਸਾਡੇ ਕਲਗੀਆਂ ਲੱਗਣਗੀਆਂ, ਮੈਨੂੰ ਪਰਮ ਉਹ ਪਦਮ ਸ਼੍ਰੀ ਮਿਲੂਗਾ, ਮੈਨੂੰ ਫਲਾਨਾ ਅਵਾਰਡ ਮਿਲੂਗਾ, ਮੈਨੂੰ ਅਵਾਰਡ ਆਹ ਮਿਲੂਗਾ, ਇਹ ਅਵਾਰਡ ਜਿਹੜੇ ਆ ਨਾ ਇਹ ਭਵਿੱਖ ਦੀ ਪਲੈਨਿੰਗ ਆ, ਰਾਈਟਿੰਗ ਜਿਹੜੀ ਉਹ ਪ੍ਰੈਜੈਂਟ ਆ ਅਤੇ ਜਦੋਂ ਅਸੀਂ ਉਹ ਪ੍ਰੈਜੈਂਟ ਵਿੱਚ ਨੂੰ ਵੀ ਜਿਹੜਾ ਉਹ ਮੰਨਣਾ ਚਾਹੁੰਦੇ ਹਾਂ, ਕ੍ਰੀਏਟ ਕਰਨਾ ਚਾਹੁੰਦੇ ਹਾਂ ਭਵਿੱਖ ਵਿੱਚ ਸਾਡੀਆਂ ਲਾਲਸਾਵਾਂ ਨੇ, ਉਦੋਂ ਸਮਝ ਲਓ ਤੁਹਾਡੀ ਕ੍ਰੀਏਟੀਵਿਟੀ ਮਰ ਗਈ। ਔਰ ਤੁਸੀਂ ਜਿਹੜਾ ਉਹ ਸਾਡੇ ਸਾਹਮਣੇ ਐਗਜ਼ਾਮਪਲ ਤਾਂ ਨਾ ਲੈਣ ਦੀ ਲੋੜ ਨਹੀਂ ਗੀ, ਬੰਦੇ ਚੰਗੀ ਭਲੀ ਕਵਿਤਾ ਲਿਖਦੇ ਲਿਖਦੇ ਉਹ ਹੁਣ ਕੁਰਸੀ ਬਣਾਉਣ ਵਾਂਗੂ ਕਵਿਤਾ ਬਣਾਉਣ ਲੱਗ ਪਏ, ਮੇਜ਼ ਬਣਾਉਣ ਵਾਂਗੂ ਕਵਿਤਾ ਬਣਾਉਣ ਲੱਗ ਪਏ। ਇਹ ਲਾਲਸਾਵਾਂ ਜਿਹੜੀਆਂ ਨੇ ਹੁਣ ਮੈਂ ਇਸ ਕਰਕੇ ਨਹੀਂ ਲਿਖਦਾ ਵੀ ਮੈਨੂੰ ਜੀ ਇੱਦਾਂ ਦਾ ਚਾਹੀਦਾ, ਹੁਣ ਮੈਨੂੰ ਲੱਗਦਾ ਵੀ ਮੇਰਾ ਵੱਡਾ ਨਾਮ ਹੈ ਵੀ ਇੱਕ ਸਿਆਣੀ ਬਿਆਣੀ ਕ੍ਰੀਏਟਿਵ ਪੋਇਟ ਸਾਡੀ ਜਿਹੜੀ ਆ ਉਹ ਆਪਣੇ ਅਸਲੀ ਕੰਮ ਛੱਡ ਕੇ ਪੂਨੇ ਕਿਸੇ ਹੋਰ ਕੰਮ ਗਏ ਹੋਏ ਨੇ, ਉਹ ਕੰਮ ਛੱਡ ਕੇ ਅਤੇ ਉਹ ਮੇਰੇ ਨਾਵਲ ਦੇ ਪਾਤਰਾਂ ਨੂੰ ਲੱਭਣ ਪਹੁੰਚ ਜਾਂਦੇ ਨੇ ਵੀ ਇੱਥੇ ਤੁਰ ਫਿਰ ਰਹੇ ਨੇ, ਇੱਥੇ ਹੈਗੇ ਨੇ ਉਹ। ਇਹ ਜਿਹੜਾ ਇਨਾਮ ਹੈ ਨਾ ਉਹ ਬੜੇ ਰੇਅਰ ਇਨਾਮ ਨੇ। ਇੱਕ ਮੈਂ ਬਚਪਨ ਦੇ ਅਰਸ਼ ਜੀ ਮੈਂ ਨਿੱਕਾ ਸਾਂ ਉਦੋਂ ਮੇਰੀ ਮਾਂ ਜਿਹੜੀ ਧਾਗੇ ਨਾਲ ਸਿਉਣ ਪਰੋਣ ਦਾ ਕੰਮ ਕਰ ਰਹੀ ਸੀ, ਧਾਗੇ ਦੇ ਉਸ ਗੋਲੇ ਦੇ ਵਿੱਚ ਇੱਕ ਗੋਲ ਟਿੱਕਾ ਗੱਤੇ ਦਾ ਫਸਿਆ ਹੋਇਆ ਸੀ, ਸੁਨਹਿਰੀ ਅੱਖਰਾਂ 'ਚ ਉਸ 'ਤੇ ਕੁਛ ਲਿਖਿਆ ਸੀ
ਜਹਾਂ ਰਹਿ ਕੇ ਉਹ ਜਿਸ ਫੈਕਟਰੀ 'ਤੇ ਧਾਗਾ ਬਣਾਇਆ ਉਹਦੇ ਉਹ ਮਸ਼ਹੂਰੀ ਉਹਦਾ ਸੀਗਾ। ਮੈਂ ਨਿੱਕਾ ਨਿਆਣਾ 4 ਸਾਲ ਦਾ, ਮੈਨੂੰ ਲੱਗਾ ਉਹ ਪੈਸਾ ਸਿੱਕਾ ਵਾ ਉਹ, ਅਤੇ ਮੈਂ ਇਹਨੂੰ ਖਰਚ ਸਕਦਾ। ਮੈਂ ਉਹਦੇ 'ਚੋਂ ਸਿੱਕਾ ਕੱਢਿਆ, ਨਿੱਕੇ ਨਿੱਕੇ ਪੈਰਾਂ ਨਾਲ ਤੁਰ ਪਿਆ। ਸਾਡੀ ਗਲੀ ਦੀ ਨੁੱਕਰ 'ਤੇ ਹਲਵਾਈ ਦੀ ਦੁਕਾਨ ਸੀ। ਮੈਂ ਉਹ ਸਿੱਕਾ ਜਿਹੜਾ ਨਾ ਉਹ ਉਹਨੂੰ ਫੜਾਇਆ ਅਤੇ ਗੁਲਾਬ ਜਾਮਨ ਵੱਲ ਇਸ਼ਾਰਾ ਕੀਤਾ ਵੀ ਮੈਨੂੰ ਆਹ ਦੇ ਦੇ। ਹਲਵਾਈ ਨੇ ਇੱਕ ਵਾਰ ਮੇਰੇ ਵੱਲ ਦੇਖਿਆ, ਫਿਰ ਉਹਨੇ ਸਿੱਕੇ ਵੱਲ ਵੇਖਿਆ, ਫਿਰ ਉਹ ਮੁਸਕਰਾਇਆ, ਉਹਨੇ ਡੋਨਾ ਲਿਆ, ਗੁਲਾਬ ਜਾਮਨ ਪਾਇਆ ਅਤੇ ਮੈਨੂੰ ਫੜਾ। ਮੈਂ ਆ ਗਿਆ, ਮੈਨੂੰ ਤਾਂ ਲੱਗਾ ਵੀ ਮੈਂ ਪੈਸਾ ਖਰਚ ਕੇ ਗੁਲਾਬ ਜਾਮਨ ਲੈ ਲਿਆ। ਉਹ ਮੈਂ ਸੋਚਦਾ, ਹੁਣ ਸੋਚਦਾ ਵੀ ਜਿਹੜੇ ਮਾਸੂਮੀਅਤ ਦੇ ਸਿੱਕੇ ਆ ਉਹ ਜੇ ਕਾਗਜ਼ ਦੇ ਵੀ ਹੋਣ ਚੱਲ ਜਾਂਦੇ। ਉਹ ਮੇਰਾ ਸਿੱਕਾ ਉਹ ਚੱਲਦਾ ਰਿਹਾ। ਉਹ ਜਿਹੜਾ ਉਹ ਮਾਸੂਮੀਅਤ ਆ, ਉਹ ਸਹਿਰਦਤਾ ਜਿਹੜੀ ਆ ਨਾ, ਉਹ ਲਿਟਰੇਚਰ ਉਹ ਮੰਗਦਾ, ਉਹ ਕਲਗੀਆਂ ਨਹੀਂ ਮੰਗਦਾ। ਅਤੇ ਜੇ ਤੁਸੀਂ ਮਸ਼ਹੂਰੀ ਵਾਸਤੇ, ਕਲਗੀਆਂ ਵਾਸਤੇ, ਗੋਲਣ ਵਾਸਤੇ ਵੀ ਮੈਨੂੰ ਗੋਲਿਆ ਜਾਵੇ, ਫਿਰ ਤੁਹਾਡੇ ਨਾਲੋਂ ਡਾਕੂ ਜ਼ਿਆਦਾ ਮਸ਼ਹੂਰ ਜੇ, ਪੋਲੀਟੀਸ਼ੀਅਨ ਜ਼ਿਆਦਾ ਮਸ਼ਹੂਰ ਜੇ।